My name is Yeye. I live in Lagos, Nigeria. I'm learning electrical engineering, and on my first day, I was given this curious headset. Through this device, I'm strangely connected to other people all over the world. I can see their daily life and talk with them. Together, we intend to build a better tomorrow. Pour un système triphasé, la puissance active est égale à la tension U fois l'intensité I fois la racine de 3. Did you know that our body produces electricity? Actually, natural electric impulses are keeping you alive as they are simply responsible for the beatings of your heart. But the main electricity producer is in your head. It's your brain. It's a real power station. It makes you move. It makes you talk. It makes you dream. Even your memories are made up of electric impulses. Everything you know about life, your good times and your bad times, your personal story and the one of your family, all this is in your brain and comes back to life whenever you want, just as if you were simply flipping a switch. ਮੇਰਾ ਪਾਲਣ ਪੋਸ਼ਣ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ ਅਤੇ ਮੈਂ ਸਦਾ ਇਹ ਮੰਨਦਾ ਸੀ ਕਿ ਇੱਕ ਆਸਾਨ ਅਤੇ ਸੁਰੱਖਿਅਤ ਜੀਵਨ ਪੱਕਾ ਕਰਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਤੁਹਾਡਾ ਪਿਛੋਕੜ ਆਸਾਨ ਹੋਵੇ ਅਤੇ ਤੁਸੀਂ ਸ਼ਾਨਦਾਰ ਪੜ੍ਹਾਈ ਕਰੋ। ਇਹ ਸਭ ਮੈਨੂੰ ਮੇਰੀ ਪਹੁੰਚ ਤੋਂ ਬਾਹਰ ਪ੍ਰਤੀਤ ਹੁੰਦੇ ਸਨ ਅਤੇ ਫਿਰ ਵੀ ਅੱਜ ਮੈਂ ਇੱਕ ਉੱਦਮੀ ਹਾਂ ਅਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਹਰ ਸਾਲ ਸੁਧਾਰ ਹੁੰਦਾ ਜਾ ਰਿਹਾ ਹੈ। ਇਸ ਸਭ ਦਾ ਸਿਹਰਾ ਮੈਂ ਸਨੈਲਰ ਇਲੈਕਟ੍ਰੀਕਲ ਅਤੇ ICICI ਅਕੈਡਮੀ ਤੋਂ ਮਿਲੀ ਸਿਖਲਾਈ ਨੂੰ ਦਿੰਦਾ ਹਾਂ। ਕੁਝ ਮਹੀਨਿਆਂ ਦੇ ਅੰਦਰ ਅੰਦਰ ਮੈਂ ਬਹੁਤ ਕੁਝ ਸਿੱਖਿਆ। ਮੈਂ ਕੁਝ ਪ੍ਰੇਰਣਾਦਾਇਕ ਲੋਕਾਂ ਨੂੰ ਮਿਲਿਆ ਅਤੇ ਮੈਂ ਆਪਣਾ ਪੇਸ਼ੇਵਰ ਪ੍ਰੋਜੈਕਟ ਬਣਾਇਆ। ਫਿਰ ਵੀ ਹੋ ਸਕਦਾ ਸੀ ਇਹ ਕਦੇ ਵੀ ਨਾ ਹੁੰਦਾ, ਕਿਉਂਕਿ ਸਿਖਲਾਈ ਕੇਂਦਰ ਤੋਂ 70 ਕਿਲੋਮੀਟਰ ਦੂਰ ਰਹਿੰਦਿਆਂ ਮੈਂ ਇਹ ਕਿਵੇਂ ਕਰ ਸਕਦਾ ਸੀ। ਮੈਂ ਹਰ ਰੋਜ਼ ਬੱਸ 'ਤੇ ਲੰਮਾ ਸਫ਼ਰ ਨਹੀਂ ਕਰ ਸਕਦਾ ਸੀ। ਖੁਸ਼ਕਿਸਮਤੀ ਨਾਲ ਕੇਂਦਰ ਵਿਦਿਆਰਥੀਆਂ ਨੂੰ ਮੁਫ਼ਤ ਰਿਹਾਇਸ਼ ਪ੍ਰਦਾਨ ਕਰਦਾ ਹੈ। ਮੈਂ 15 ਦਿਨਾਂ ਬਾਅਦ ਘਰ ਜਾਂਦਾ ਸੀ ਅਤੇ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੜ੍ਹਾਈ 'ਤੇ ਸਮਰਪਿਤ ਕਰ ਸਕਦਾ ਸੀ। ਕੈਸਾ ਹੈ ਗੁਰਦੀਪ? ਬੜੀਆ ਸਰ, ਆਪ ਕੈਸੇ ਚੱਲ ਰਿਹਾ ਹੈ? ਬੜੀਆ ਚੱਲ ਰਿਹਾ ਸਰ। ਜੋਬ ਅੱਛੀ ਚੱਲ ਰਹੀ ਹੈ ਸਰ? ਹਾਂਜੀ ਸਰ, ਐਕਚੁਲੀ ਮੈਂ ਜੋਬ ਛੋੜ ਦਿਆ, ਮੈਨੇ ਆਪਣਾ ਕੰਮ ਸ਼ੁਰੂ ਕਰ ਲਿਆ। ਅਭੀ ਮੇਰੇ ਪਾਸ ਨਾ 2 ਲੜਕੇ ਸੋਲਰ ਕਾ ਕੰਮ ਸ਼ੁਰੂ ਕੀਆ। ਸੋਲਰ ਕਾ ਕੰਮ? ਸੋਲਰ ਕਾ ਕੰਮ ਹੈ। ਓਕੇ, ਤਾਂ ਵਾਂ ਕੇ ਲਈ ਸਰ ਮੇਰੇ ਕੋ ਮੈਨ ਪਾਵਰ ਚਾਹੀਏ, 7 ਮੈਨ ਪਾਵਰ। 7 ਲੜਕੇ ਚਾਹੀਏ? ਜੀ ਯਹਾਂ ਸੇ? ਜੀ ਸਰ। ਮਿਲ ਜਾਏਂਗੇ, ਦੀਪਕ ਸਰ ਸੇ ਪੁੱਛਤੇ ਹਾਂ, ਠੀਕ ਹੈ, ਬਾਤ ਕਰ ਲੈਤੇ ਹਾਂ, ਫਿਰ ਆਪਕੋ ਪ੍ਰੋਵਾਈਡ ਕਰ ਦੇਂਗੇ। ਓਕੇ ਸਰ, ਥੈਂਕ ਯੂ। ਮੇਰੇ ਸਾਥ ਰਹੋ। ਅਕੈਡਮੀ ਵਿੱਚ ਵਾਪਸੀ ਮੇਰੇ ਲਈ ਬਹੁਤ ਕੁਝ ਦਰਸਾਉਂਦੀ ਹੈ, ਕਿਉਂਕਿ ਮੇਰੀਆਂ ਇੱਥੇ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਮੈਂ ਜਾਣਦਾ ਹਾਂ ਕਿ ਲੋੜ ਪੈਣ 'ਤੇ ਸਿਖਲਾਈ ਇੰਚਾਰਜਾਂ 'ਤੇ ਸਮਰੱਥਾ 'ਤੇ ਭਰੋਸਾ ਕਰ ਸਕਦਾ ਹਾਂ। ਪਤਾ ਯਾਰ, ਬਹੁਤ ਪ੍ਰਾਊਡ ਆ ਤੇਰੇ ਪੇ ਯਾਰ। ਥੈਂਕ ਯੂ ਸਰ, ਥੈਂਕ ਯੂ। ਬਹੁਤ ਅੱਛਾ ਕੰਮ ਕਰ ਰਿਹਾ ਹੈ। ਥੈਂਕ ਯੂ ਸਰ। ਠੀਕ ਹੈ, ਔਰ ਦੀਪਕ ਸਰ? ਗੁਰਦੀਪ, ਮੈਨੂੰ ਬਹੁਤ ਅੱਛਾ ਲੱਗਾ ਵਿਕਰਮ ਸਿੰਘ ਨੇ ਜੈਸੇ ਬਤਾਇਆ ਕਿ ਤੁਮ ਐਜ਼ ਅ ਇੰਪਲੋਇਰ ਯਹਾਂ ਪੇ ਆਏ ਹੋ। ਜੀ ਸਰ, ਬਹੁਤ ਖੁਸ਼ੀ ਕੀ ਬਾਤ ਹੈ। ਆਪਣੇ ਤਜਰਬੇ ਸਾਂਝੇ ਕਰਨਾ, ਆਪਣੀ ਕਹਾਣੀ ਨਵੇਂ ਵਿਦਿਆਰਥੀਆਂ ਨੂੰ ਦੱਸਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਵੇਖਣਾ ਬਹੁਤ ਵਧੀਆ ਲੱਗਦਾ ਹੈ ਕਿ ਇਸ ਜਗ੍ਹਾ 'ਤੇ ਕਿੰਨੇ ਲੋਕਾਂ ਨੂੰ ਅਤੇ ਭਾਰਤ ਅਤੇ ਦੁਨੀਆ ਭਰ ਵਿੱਚ ਹੋਰਨਾਂ ਬਹੁਤ ਸਾਰੇ ਲੋਕਾਂ ਨੂੰ ਸਿਖਲਾਈ ਪ੍ਰਾਪਤ ਹੋਈ ਹੈ। ਇਕੱਠੇ ਮਿਲ ਕੇ ਅਸੀਂ ਸੱਚਮੁੱਚ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਾਂ। ਇਸ ਲਈ ਸਾਨੂੰ ਸੁਪਨੇ ਲੈਣੇ ਅਤੇ ਮਿਹਨਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। स्टूडेंट्स, मैं आपको मिलाना चाहूँगा गुरदीप से। पिछले साल इन्होंने यहाँ से पास आउट किया है इस बैच को EHA के, और उसके बाद कुछ टाइम इन्होंने नौकरी करी है, और अब इन्होंने अपना खुद का बिजनेस स्टार्ट किया है। एक एंटरप्रेन्योर बन गए हैं ये, और मुझे बहुत खुशी हो रही है बताते हुए कि आज ये हमारे पास में एज ए एम्प्लॉयर आए हैं।
आप ही में से अपनी टीम के लिए ये स्टूडेंट्स को रिक्रूट करेंगे। तो गुरदीप, मैं चाहूँगा कि आप अपनी सक्सेस स्टोरी स्टूडेंट्स के साथ में शेयर करें। मेरा नाम गुरदीप सिंह है, मैं पटियाला शहर से बिलोंग करता हूँ। ICIC कैडी प्लस स्नैडर इलेक्ट्रिकल अकेडमी से आने से पहले मैं इलेक्ट्रिकल का थोड़ा सा काम करता था। जब मेरे को पता चला ICIC अकेडमी स्नैडर इलेक्ट्रिकल के बारे में, यहाँ पे एडमिशन मैंने की, 3 महीने का कोर्स किया। जो भी मेरे को कोर्स में सिखाया गया, जॉब पे अप्लाई किया और इन्होंने मेरी सोलर कंपनी में जॉब लगवाई। वहाँ पे मैंने 9 महीने जॉब की और जॉब करने के बाद मैंने विक्रम सिंह खालसा सर से बात की भी। मैं Vitor, o reitor quer falar com você. Ah, sim, mestre. Tava lá na faculdade agora dando aula naquele curso da Schneider, né? Que eu fiz o curso também. E como eu prestei o vestibular na Unilins, eu recebi a notícia que eu consegui a bolsa 100% na faculdade, né? Ah, isso aí eu já sabia que você ia conseguir. Ah, obrigado.